ਘੰਟਾ ਤੁਸੀਂ ਇੱਥੇ ਨੇੜੇ ਸੀ ਭਾਈ ਜੀ ਖੇਤ ਚ ਪਾਣੀ ਲੱਗਿਆ ਸੀ ਤਵਾਜ ਆਈ ਯਕਦਮ ਦੋਵੇਂ ਇੱਧਰ ਨੂੰ ਭੱਜੇ ਤੇਗਾ ਮੌਕੇ ਤੇ ਇੱਕ ਭਾਈ ਗੱਡੀ ਚਲਾਉਣ ਵਾਲਾ ਮੌਕੇ ਦੇ ਵਿੱਚ ਹੀ ਆਪਣੇ ਗੱਡੀ ਦੇ ਵਿੱਚ ਹੀ ਫਿਸਿਆ ਪਿਆ ਸੀ ਟਰੈਕਟਰ ਨਾਲ ਖਿੱਚ ਕੇ ਬਾਹਰ ਕੱਢਿਆ ਉਹਨੂੰ ਗੱਡੀਆਂ ਅਗਾਂ ਪਿੱਛੇ ਕਰੀਆਂ ਟਰੈਫ ਬਹੁਤ ਜਾਮ ਲੱਗ ਗਿਆ ਸੀ ਮੌਕੇ ਤੇ ਭਾਈ ਤਾਂ ਪੂਰੇ ਹੋ ਗਏ ਸੀ ਇਹ ਨੋਵਾ ਗੱਡੀ ਵਾਲਾ ਸੀ ਹਾਂ ਨੋਵਾ ਗੱਡੀ ਸੀ ਇੱਕ ਗੱਡੀ ਹੋਰ ਵੀ ਵੱਜੀ ਤੋਂ ਹੋਰ ਗੱਡੀ ਹੈਗੀ ਉਹ ਆਪਣੇ ਸਵਿਫਟ ਤਰ੍ਹਾਂ ਹੈਗੀ ਆ ਉਹ ਗੱਡੀ ਸੀ ਉਹਨਾਂ ਦੀ ਵੀ ਸਵਾਰੀਆਂ ਨੂੰ ਸੱਟਾਂ ਕਾਫੀ ਲੱਗੀਆਂ ਐਂਬੂਲੈਂਸ ਪਹੁੰਚੀ ਆ ਪੁਲਿਸ ਵੀ ਪਹੁੰਚ ਗਈ ਹਾਂ ਪੁਲਿਸ ਥੋੜੀ ਜੀ ਪਹੁੰਚ ਗਈ ਉਹ ਵੀ ਪਰ ਲੋਕਾਂ ਨੇ ਬਾਹਰ ਕੱਢਿਆ ਹਾਂ ਲੋਕਾਂ ਨੇ ਪਹਿਲਾਂ ਹੀ ਕੱਢ ਲਿਆ ਸੀ ਬਾਹਰ ਆਉਣ ਤੋਂ ਕੀ ਘਟਨਾ ਵਾਪਰੀ ਆ ਕਹਿੰਦੀ ਡੈਥ ਹੋਈ ਆ ਕਿੱਥੋਂ ਚੱਲੇ ਸੀ ਜੀ ਮੌਕੇ ਤੋਂ ਆਪਣਾ ਕੁਲਵੰਤ ਸਿੰਘ ਪੁੱਤਰ ਨੰਦ ਸਿੰਘ ਦਾ ਇਹਦਾ ਲੜਕਾ ਸੀ ਅਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਦਾ ਆਪਣੇ ਸ੍ਰੀ ਗੰਗਾਨਗਰ ਸਾਹਿਬ ਤੋਂ ਆ ਰਹੇ ਸੀ ਤੇ ਇਹਨਾਂ ਜਾਣਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਇੱਥੇ ਆਪੇ ਮੰਨ ਲਓ ਛੋਟੀ ਪਿੰਡੀ ਦੇ ਕੋਲ ਇਹਨਾਂ ਦਾ ਐਕਸੀਡੈਂਟ ਹੋ ਗਿਆ ਅੱਗੋਂ ਟਰੱਕ ਦੇ ਵਿੱਚ ਇਹਨਾਂ ਦੀ ਗੱਡੀ ਵੱਜ ਗਈ ਤੇ ਇੱਕ ਗੱਡੀ ਹੋਰ ਵੀ ਵੱਜੀ ਹੋਈ ਹੈ ਨਾਲ ਜੀ ਉਹ ਮੰਨ ਲਓ ਗੱਡੀ ਜਦੋਂ ਇਹਨਾਂ ਦੀ ਵੱਜੀ ਉਹ ਵੀ ਪਿੱਛੇ ਰਫਤਾਰ ਤੇ ਸੀ ਉਹ ਵੀ ਟਕਰਾ ਗਈ ਗੱਡੀ ਉਹਦੇ ਬਾਕੀ ਮਾਮੂਲੀ ਸੱਟਾਂ ਲੱਗੀਆਂ ਨੇ ਉਹਨਾਂ ਦੇ ਤੇ ਗੱਡੀ ਦਾ ਉਹਨਾਂ ਦੀ ਨੁਕਸਾਨ ਹੋਇਆ ਅੱਛਾ ਡੈਥ ਕਿੰਨਾਂ ਦੀ ਹੋਈ ਹੈ ਜੀ ਇਹ ਡੈਥ ਹੋਈ ਹੈ ਅਜੀਤ ਸਿੰਘ ਜੀ ਪੁੱਤਰ ਕੁਲਵੰਤ ਸਿੰਘ ਦਾ ਠੀਕ ਹੈ ਜੀ ਇਹਨਾਂ ਦੀ ਉਮਰ ਹੈਗੀ 38 ਸਾਲ 38 ਸਾਲ ਜੀ ਅਨੋਵਾ ਗੱਡੀ ਵਾਲਾ ਸੀ ਜਿਹੜਾ ਅਨੋਵਾ ਗੱਡੀ ਵਾਲਾ ਠੀਕ ਹੈ ਜੀ ਤੇ ਹੁਣ ਭੇਜ ਦਿੱਤਾ ਪੋਸਟਮਾਰਟਮ ਲਈ ਗੱਡੀ ਵੀ ਆਈ 108 ਐਂਬੂਲੈਂਸ ਤੇ ਭੇਜਦਾ 108 ਤੇ ਆਪਣੇ ਪੋਸਟਮਾਰਟਮ ਕਰਾਉਣ ਵਾਸਤੇ ਫਿਰੋਜ਼ਪੁਰ ਠੀਕ ਹੈ ਜੀ ਹਾਂਜੀ ਤੇ ਤੁਸੀਂ ਆਪਦੀ ਕਾਰਵਾਈ ਕਰ ਰਹੇ ਹੋ ਮੌਕੇ ਤੇ ਹਾਂ ਮੌਕਾ ਜਿਵੇਂ ਟਰੱਕ ਨਾਲ ਟ੍ਰੈਫਿਕ ਵੀ ਜਾਮ ਹੈ ਇਹਨੂੰ ਬਾਹਰ ਕਢਾਉਣ ਦੀ ਕੋਈ ਟਰੱਕ ਹੋਲ ਕਰਾਉਣੇ ਆ ਹੈਡਰਾ ਮੰਗਵਾ ਕੇ ਟਰੱਕ ਵਾਲਾ ਫਰਾਰ ਦੱਸਿਆ ਜਾ ਰਿਹਾ ਮੌਕੇ ਤੇ ਮੌਕੇ ਤੇ ਫਰਾਰ ਹੋ ਗਿਆ ਜੀ ਬਬਲ ਕਦਾਸ ਜੀ ਮੌਕੇ ਤੋਂ ਫਰਾਰ ਹੋ ਗਿਆ ਜੀ